ਦੋਸਤੋ, ਕੀ ਤੁਸੀਂ ਜਾਣਦੇ ਹੋ ਕਿ ਮੁਗਲ ਸਮਰਾਜ ਦੀ ਸਭ ਤੋਂ ਸ਼ਕਤੀਸ਼ਾਲੀ ਰਾਣੀ ਜਿਸ ਨੇ 16 ਸਾਲਾਂ ਤੱਕ ਗੱਦੀ 'ਤੇ ਰਾਜ ਕੀਤਾ? ਦੋਸਤੋ, ਇਹ ਰਾਣੀ ਕੋਈ ਹੋਰ ਨਹੀਂ ਸਗੋਂ 1611 ਤੋਂ ਲੈ ਕੇ 1627 ਤੱਕ ਰਾਜ ਕਰਨ ਵਾਲੀ ਜਹਾਂਗੀਰ ਦੀ 20ਵੀਂ ਪਤਨੀ ਰਾਣੀ ਨੂਰਜਹਾਂ ਸੀ। ਨੂਰਜਹਾਂ ਦਾ ਜਨਮ ਇੱਕ ਫਰਾਂਸੀ ਪਰਿਵਾਰ ਵਿੱਚ ਹੋਇਆ ਸੀ। ਉਸਨੇ ਸਭ ਤੋਂ ਪਹਿਲਾਂ ਮੁਗਲ ਸੂਬੇ ਬਿਹਾਰ 'ਤੇ ਫਰਾਂਸੀ ਗਵਰਨਰ ਸ਼ੇਰ ਅਫਗਾਨ ਨਾਲ ਵਿਆਹ ਕੀਤਾ ਸੀ। ਕੁਝ ਦਿਨਾਂ ਬਾਅਦ ਸ਼ੇਰ ਅਫਗਾਨ ਦੀ ਮੌਤ ਹੋ ਗਈ, ਪਰ ਜਹਾਂਗੀਰ ਨੂੰ ਉਸ ਦੀ ਸੁੰਦਰਤਾ ਅਤੇ ਬੁੱਧੀ ਕਾਰਨ ਨੂਰਜਹਾਂ ਨਾਲ ਪਿਆਰ ਹੋ ਗਿਆ। ਆਪਣੇ ਪਤੀ ਦੀ ਮੌਤ ਤੋਂ 3 ਸਾਲਾਂ ਬਾਅਦ ਨੂਰਜਹਾਂ ਨੇ ਝਿਜਕ ਕੇ ਜਹਾਂਗੀਰ ਨਾਲ ਵਿਆਹ ਕਰ ਲਿਆ। ਨੂਰਜਹਾਂ ਪੜ੍ਹੀ ਲਿਖੀ ਸੀ, ਉਸਦੇ ਪਹਿਲੇ ਵਿਆਹ ਤੋਂ ਇੱਕ ਧੀ ਵੀ ਸੀ। ਇਸੇ ਕਰਕੇ ਉਹ ਰਾਜਨੀਤੀ ਵਿੱਚ ਨਿਪੁੰਨ ਸੀ, ਇਸੇ ਕਰਕੇ ਉਹ ਰਾਜ ਦੇ ਮਾਮਲਿਆਂ ਵਿੱਚ ਸਰਗਰਮ ਹੋ ਸਕੀ ਅਤੇ ਜਹਾਂਗੀਰ ਦਾ ਭਰੋਸੇਮੰਦ ਸਲਾਹਕਾਰ ਬਣ ਗਈ, ਜਿਸ ਕਾਰਨ ਉਸ ਨੂੰ ਨੂਰ ਮਹਿਲ ਦਾ ਖਿਤਾਬ ਮਿਲਿਆ। ਨੂਰਜਹਾਂ ਦੇ ਸਮਰਾਜ ਨੂੰ ਚਲਾਉਣ ਦੇ ਤਰੀਕੇ ਵਿੱਚ ਬਹੁਤ ਬਦਲਾਅ ਕੀਤੇ। ਉਸ ਦੀ ਤਿੱਖੀ ਬੁੱਧੀ ਕਾਰਨ ਹੀ ਮੁਗਲ ਸਮਰਾਜ ਦੀ ਆਰਥਿਕਤਾ ਵਧੀ। ਉਸ ਦੇ ਕਲਾ, ਇਮਾਰਤਾਂ, ਸੱਭਿਆਚਾਰ, ਕਾਨੂੰਨ, ਯਾਤਰਾ, ਔਰਤਾਂ, ਵਪਾਰ ਆਦਿ ਸਾਰੇ ਮਾਮਲਿਆਂ ਵਿੱਚ ਸੁਧਾਰ ਕੀਤਾ। ਪਰ ਅੰਗਰੇਜ਼ਾਂ ਅਤੇ ਸਮਰਾਜ ਦੇ ਲੋਕਾਂ ਨੂੰ ਇੱਕ ਰਾਣੀ ਦਾ ਰਾਜ ਪਸੰਦ ਨਹੀਂ ਸੀ, ਇਸੇ ਕਰਕੇ ਬਾਅਦ ਵਿੱਚ ਬਾਦਸ਼ਾਹ ਸ਼ਾਹਜਹਾਂ ਨੇ ਉਸ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ। ਨੂਰਜਹਾਂ ਨੇ ਆਪਣੇ ਆਖਰੀ ਦਿਨ ਆਪਣੀ ਬੇਟੀ ਲਾਡਲੀ ਬੇਗਮ ਅਤੇ ਪੋਤੀ ਨਾਲ ਬਿਤਾਏ। ਨੂਰਜਹਾਂ ਅਤੇ ਜਹਾਂਗੀਰ ਦੀ ਕੋਈ ਔਲਾਦ ਨਹੀਂ ਸੀ। 17 ਦਸੰਬਰ 1645 ਨੂੰ 68 ਸਾਲਾਂ ਦੀ ਉਮਰ ਵਿੱਚ ਨੂਰਜਹਾਂ ਦੀ ਮੌਤ ਹੋ ਗਈ ਅਤੇ ਸਾਦਰਾਬਾਦ ਲਾਹੌਰ ਵਿੱਚ ਇੱਕ ਮਕਬਰੇ ਵਿੱਚ ਦਫਨਾਇਆ ਗਿਆ।